ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਸਾਗਰ ਸੰਧੂ। ਅਤੇ ਸੋ ਸਾਰੇ ਦਰਸ਼ਕਾਂ ਨੂੰ ਮੈਂ ਇੱਕ ਗੱਲ ਸਾਂਝੀ ਕਰਨਾ ਚਾਹਾਂਗਾ ਅੱਜ ਕਿ ਅਸੀਂ ਇੱਕ ਅਜਿਹੇ ਬੰਦੇ ਨੂੰ ਮਿਲੇ, ਐਸੀ ਸ਼ਖਸੀਅਤ ਨੂੰ ਮਿਲੇ ਜੋ ਕਿ ਗ੍ਰੈਜੂਏਟ ਨੇ, ਅਤੇ ਪਰ ਉਹ ਗ੍ਰੈਜੂਏਟ ਹੋਣ ਦੇ ਬਾਵਜੂਦ ਜਦ ਤੁਸੀਂ ਉਹਨਾਂ ਦੇ ਕੰਮ ਬਾਰੇ ਜਾਣੋਗੇ ਕਿ ਉਹ ਅੱਜ ਕੱਲ੍ਹ ਕੀ ਕੰਮ ਕਰ ਰਹੇ ਨੇ, ਤਾਂ ਤੁਸੀਂ ਖੁਦ ਹੈਰਾਨ ਹੋ ਜਾਓਗੇ ਕਿ ਇੱਕ ਗ੍ਰੈਜੂਏਟ ਬੰਦਾ ਅੱਜ ਰੇਹੜੀ ਚਲਾ ਰਿਹਾ ਹੈ। ਗੰਦੀਪ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੀ? ਬਸ ਵਧੀਆ ਜੀ, ਵਧੀਆ, ਤੁਸੀਂ ਸੁਣਾਓ? ਬਸ ਠੀਕ ਹੈ ਜੀ। ਚਲੋ ਜੀ, ਅਤੇ ਸੋ ਹੁਣ ਮੈਂ ਤੁਹਾਨੂੰ ਇਹੀ ਪੁੱਛਣਾ ਚਾਹਾਂਗੇ ਕਿ ਤੁਸੀਂ ਗ੍ਰੈਜੂਏਟ ਹੋ ਜੀ, ਅਤੇ ਤੁਸੀਂ ਅੱਜ ਰੇਹੜੀ ਚਲਾ ਰਹੇ ਹੋ, ਅਤੇ ਮੈਂ ਇਹਦੇ ਪਿੱਛੇ ਦੇ ਜਾਣਨਾ ਚਾਹੂੰਗਾ ਕਿ ਕੀ ਰੀਜ਼ਨ ਹੈ ਕਿ ਤੁਸੀਂ ਗ੍ਰੈਜੂਏਟ ਹੋਣ ਦੇ ਬਾਵਜੂਦ ਵੀ ਇੱਕ ਰੇਹੜੀ ਚਲਾ ਰਹੇ ਹੋ, ਜਾਂ ਕੋਈ ਜੋਬ ਕਿਉਂ ਨਹੀਂ ਕੀਤੀ ਜਾਂ ਮਿਲੀ ਨਹੀਂ, ਕੀ ਉਸ ਬਾਰੇ? ਨਹੀਂ ਨਹੀਂ, ਐਸਾ ਨਹੀਂ ਹੈ ਜੀ, ਨੌਕਰੀਆਂ ਤਾਂ ਬਹੁਤ ਮਿਲੀਆਂ, ਨੌਕਰੀਆਂ ਤਾਂ ਆਪਣੇ ਪੰਜਾਬ ਦੇ ਵਿੱਚ ਬਹੁਤ ਨੇ, ਪਰ ਦਿੱਕਤ ਇਹ ਹੈਗੀ ਹੈ ਕਿ ਇੱਕ ਗ੍ਰੈਜੂਏਟ ਬੰਦੇ ਵਾਸਤੇ ਜੋ ਜੋਬ ਹੋਣੀ ਚਾਹੀਦੀ ਹੈ, ਜੋ ਉਹਨੂੰ ਸੈਲਰੀ ਪ੍ਰੋਵਾਈਡ ਹੋਣੀ ਚਾਹੀਦੀ, ਉਹ ਹੈ ਨਹੀਂ। ਓਕੇ, ਇੱਕ ਗ੍ਰੈਜੂਏਟ ਬੰਦਾ ਜਿਹਨੇ ਬੀ ਏ ਕੀਤੀ, 3 ਸਾਲ ਦੀ ਪੜ੍ਹਾਈ ਕੀਤੀ ਹੈ, ਮਤਲਬ ਕਿ 15 ਕਲਾਸਾਂ ਜਿਹੜਾ ਪੜ੍ਹਿਆ, ਉਸਨੂੰ ਕੀ ਤੁਸੀਂ ਸੈਲਰੀ ਦਿਓਗੇ 10,000 ਰੁਪਏ? ਅੱਜ ਬਿਜਲੀ ਦੇ ਰੇਟ ਦੇਖੋ, ਪਾਣੀ ਦੇ ਰੇਟ ਦੇਖੋ, ਰੋਟੀਆਂ ਸਬਜ਼ੀਆਂ ਦੇ ਰੇਟ ਦੇਖੋ, ਅਤੇ ਇਸ ਰੇਟ ਦੇ ਬਾਵਜੂਦ ਵੀ ਤੁਸੀਂ ਪਰਿਵਾਰ ਨੂੰ ਚਲਾਉਣਾ ਕੋਈ ਸੌਖਾ ਗੱਲ ਹੈ? ਹਰ ਚੀਜ਼ ਦੇ ਦਾਮ ਵਧੇ ਹੋਏ ਨੇ, ਤਾਂ ਉਹਦੇ ਕਰਕੇ ਤੁਸੀਂ ਆਪਾਂ ਗੱਲ ਕਰੀਏ ਕਿ ਵੀ 10,000 'ਚ ਪਰਿਵਾਰ ਸਰਜੇਗਾ? ਨਹੀਂ, ਬਿਲਕੁਲ ਕਦੇ ਵੀ। ਸੋ ਇਸ ਲਈ ਮੈਂ ਕੋਸ਼ਿਸ਼ਾਂ ਕਰਦਾ ਰਿਹਾ ਕਿ ਨੌਕਰੀ ਬਦਲਦਾ ਰਿਹਾ, ਕਿਤੇ ਬੈਟਰ ਚਾਂਸ ਮਿਲ ਜਾਏ, ਬੈਂਕਾਂ ਵਿੱਚ ਵੀ ਟਰਾਈ ਕੀਤਾ, ਮੈਂ 100 ਤੋਂ ਵੱਧ ਨੌਕਰੀ ਕਰ ਚੁੱਕਾ ਜੀ। ਉਹ ਤੁਸੀਂ 100 ਤੋਂ ਵੱਧ ਨੌਕਰੀਆਂ ਕਰ ਚੁੱਕੇ ਹੋ? ਬਿਲਕੁਲ ਜੀ। ਕਿਆ ਬਾਤ ਹੈ, ਮੈਂ ਜਾਣ ਸਕਦਾ ਕਿਸ ਕਿਸ ਜਗ੍ਹਾ 'ਤੇ ਤੁਸੀਂ ਜੋਬ ਕਰ? ਮੈਂ ਜੀ ਕਿ ਕਿਹੜਾ ਸੈਕਟਰ ਜਿਹੜਾ ਨਹੀਂ ਕੀਤਾ, ਮੈਂ ਜੀ ਬਿਲਕੁਲ ਸਟਾਰਟਿੰਗ 'ਚ ਕੀਤਾ ਸੀਗਾ, ਫੋਟੋਗ੍ਰਾਫੀ ਲਾਈਨ 'ਚ ਪਿਆ ਸੀਗਾ। ਓਕੇ, ਫੋਟੋਗ੍ਰਾਫੀ 'ਚ ਲਾਈਨ 'ਚ ਸ਼ੁਰੂ ਕੀਤਾ ਸੀ, ਮੈਂ ਤਾਂ 1-2 ਵਾਰੀ ਮਜ਼ਦੂਰੀ ਵੀ ਕੀਤੀ ਹੈ। ਅੱਛਾ ਜੀ। ਅਤੇ ਫੋਟੋਗ੍ਰਾਫਰ ਦੇ ਨਾਲ ਤਾਰ ਫੜ ਕੇ, ਜਿੱਦਾਂ ਹੈਲਪਰ ਹੁੰਦੇ ਨੇ, ਉਹਨਾਂ ਨਾਲ ਕੰਮ ਕੀਤਾ ਹੈ। ਅੱਛਾ ਜੀ। ਮੈਂ ਬੈਂਕ 'ਚ ਕੀਤਾ, ਸ਼ੋਪ 'ਤੇ ਕੀਤਾ, ਦੁਕਾਨਾਂ 'ਤੇ ਕੀਤਾ, ਹੁਣ ਮੈਨੂੰ ਚੇਤਾ ਨਹੀਂ। ਮੈਂ ਤਕਰੀਬਨ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਤਕਰੀਬਨ 6 ਸਾਲਾਂ ਵਿੱਚ ਬਹੁਤ ਜੋਬਸ ਕੀਤੀਆਂ। ਅੱਛਾ, ਤੁਹਾਨੂੰ 6 ਸਾਲ ਹੋ ਗਏ ਗ੍ਰੈਜੂਏਟ? ਬਿਲਕੁਲ ਬਿਲਕੁਲ, ਮੈਂ 2014 'ਚ ਕੰਪਲੀਟ ਕੀਤਾ ਸੀਗਾ। ਠੀਕ ਹੈ। ਅਤੇ ਮੈਂ ਫਿਰ ਐਕਸਪੈਂਟ ਲਿਆ ਸੀ, ਮੈਂ ਹਿਸਾਬ ਲਿਆ ਸੀ ਵੇਖ ਹੁਣ ਤੱਕ ਕਿੰਨੀ ਜੋਬ ਕਰ ਸਕਦਾ, ਅਤੇ 100 ਤੋਂ ਵੱਧ ਕਰ ਚੁੱਕਾ। ਓਕੇ, ਬਹੁਤ ਵੱਡੀ ਗੱਲ ਹੈ ਕਿ ਗ੍ਰੈਜੂਏਟ ਹੋਣ ਤੋਂ ਬਾਵਜੂਦ ਬੰਦਾ ਇੱਕ ਵਧੀਆ ਜੋਬ, ਜੋ ਇੱਕ ਰੋਜ਼ਗਾਰ ਲਈ, ਘਰ ਨੂੰ ਚਲਾਉਣ ਲਈ ਮਿਲਣੀ ਚਾਹੀਦੀ, ਉਹ ਅਜੇ ਤੱਕ ਨਹੀਂ ਮਿਲ। ਬਿਲਕੁਲ। ਅਤੇ ਮੈਂ ਹੁਣ ਇਹੀ ਜਾਣਨਾ ਚਾਹੁੰਦਾ ਜੀ ਕਿ ਜੋ ਤੁਸੀਂ ਆਖਿਰਕਾਰ ਸਭ ਇੰਨੀਆਂ ਸਾਰੀਆਂ ਨੌਕਰੀਆਂ ਕਰਨ ਤੋਂ ਬਾਅਦ ਹੁਣ ਆਪਣਾ ਇਹ ਜੋ ਕੰਮ ਸ਼ੁਰੂ ਕੀਤਾ ਹੈ ਤੁਸੀਂ, ਇਸ ਦੇ ਪਿੱਛੇ ਹੁਣ ਤੁਹਾਨੂੰ ਕੀ ਲੱਗਾ ਕਿ ਸ਼ਾਇਦ ਮੈਨੂੰ ਇਹੀ ਕੰਮ ਹੁਣ ਸ਼ੁਰੂ ਕਰਨਾ ਚਾਹੀਦਾ? ਦੇਖੋ ਜੀ, 100 ਤੋਂ ਵੱਧ ਨੌਕਰੀਆਂ ਕਰਨ ਤੋਂ ਬਾਅਦ ਜਦੋਂ ਮੈਂ ਕੋਸ਼ਿਸ਼ ਕੀਤੀ ਕਿ ਵੀ ਮੈਨੂੰ ਸਰਕਾਰ ਵੱਲ ਕੋਈ ਹੈਲਪ ਮਿਲ ਜਾਏ, ਕੋਈ ਨੌਕਰੀ ਮਿਲ ਜਾਏ, ਸਰਕਾਰੀ ਨੌਕਰੀ, ਦੇਖੋ ਪਹਿਲੇ ਜਨਰਲ ਕੈਟੇਗਰੀ ਨੂੰ ਤਾਂ ਸਹੂਲਤਾਂ ਹੈ ਨਹੀਂ ਜੀ। ਬਿਲਕੁਲ, ਠੀਕ ਹੈ ਜੀ। ਅਤੇ ਸਰਕਾਰ ਵੱਲੋਂ ਕੋਈ ਖਾਸ ਪਲਾਨ ਜਾਂ ਖਾਸ ਕੋਈ ਕੋਰਸ ਵਗੈਰਾ ਹੈ ਨਹੀਂ ਜੋ ਅੱਛੇ ਕੋਰਸ ਆਪਾਂ ਕਰ ਸਕੀਏ। ਸੋ ਮੈਂ ਫਿਰ ਸੋਚਿਆ ਜੀ ਆਪਣਾ ਕੋਈ ਬਿਜ਼ਨਸ ਹੀ ਕਰ ਲਈਏ, ਪਰ ਬਿਜ਼ਨਸ ਵਾਸਤੇ ਸਰਕਾਰ ਵੱਲੋਂ ਕੋਈ ਫੰਡ ਨਹੀਂ ਸੀ, ਪਰਿਵਾਰ ਵੱਲੋਂ ਵੀ ਤੰਗ ਆ, ਰਿਸ਼ਤੇਦਾਰਾਂ ਵੱਲੋਂ ਪੱਕੀ, ਹੁਣ ਸਾਰੇ ਦਾ ਵੀ ਹਰ ਕਿਸੇ ਦੀ ਆਪਣੀ ਦਿੱਕਤਾਂ ਪ੍ਰੋਬਲਮਸ ਹੈ ਜੀ। ਬਿਲਕੁਲ, ਠੀਕ ਹੈ ਜੀ। ਸੋ ਅੱਗੇ ਕਿਹੜਾ ਔਖਾ ਸੌਖਾ ਹੋ ਕੇ ਰੇਹੜੀ ਹੀ ਲਾਉਣੀ ਪਈ, ਕਿਉਂਕਿ ਆਪਾਂ ਗਰੀਬ ਘਰ ਤੋਂ ਹਾਂ, ਫਲ ਸਾਹਮਣੇ ਘੜੇ ਦਾ ਕੰਮ ਕਰਦੇ ਜੋ ਕਿ ਅੱਜ ਕੱਲ੍ਹ ਠੱਪ ਹੋਇਆ, ਕਿਉਂਕਿ ਅੱਜ ਕੱਲ੍ਹ ਮਸ਼ੀਨਾਂ ਆ ਚੁੱਕੀਆਂ ਨੇ। ਸੋ ਕੋਸ਼ਿਸ਼ ਕੀਤੀ ਹੈ ਕਿ ਬਿਜ਼ਨਸ ਸ਼ੁਰੂ ਕਰੀਏ। ਹੁਣ ਫਿਲਹਾਲ ਤਾਂ ਜੋ ਮੈਨੂੰ ਹੁਨਰ ਇਸ ਵੇਲੇ ਜੋ ਮੈਨੂੰ ਆਉਂਦਾ ਸੀਗਾ ਬਰਗਰ ਸੈਂਡਵਿਚ ਵਗੈਰਾ ਬਣਾਉਣ ਦਾ, ਸੋ ਮੈਂ ਆਪਣਾ ਕਪੂਰਥਲੇ ਸ਼ਹਿਰ ਅੰਮ੍ਰਿਤ ਬਾਜ਼ਾਰ ਵਿੱਚ ਸ਼ੁਰੂ ਕੀਤਾ। ਸੋ ਲੋਕਾਂ ਦਾ ਬਹੁਤ ਅੱਛਾ ਰਿਸਪੋਂਸ ਔਰ ਲੋਕ ਬਹੁਤ ਸਾਥ ਦੇ ਰਹੇ ਨੇ ਔਰ ਸ਼ਾਬਾਸ਼ੀ ਦੇ ਰਹੇ ਨੇ, ਕਿਉਂਕਿ ਇੱਕ ਪੰਜਾਬੀ ਬੰਦੇ ਵਾਸਤੇ ਇੱਕ ਚੰਗੇ ਘਰ ਤੋਂ ਜੋ ਬਿਲੋਂਗ ਕਰਦਾ, ਔਰ ਜਿਹੜਾ ਗ੍ਰੈਜੂਏਟ ਆ ਉਹਦੇ ਵਾਸਤੇ ਜਿੰਨਾ ਤਕਲੀਫ ਵਾਲਾ ਸਫ਼ਰ ਹੈ, ਕਿਉਂਕਿ ਦੇਖੋ ਜੀ ਇੱਕ ਸੋਚ ਆਪਣੀ ਸਮਾਜ ਦੀ ਬਣੀ ਹੋਈ ਹੈ ਕਿ ਰੇਹੜੀ ਲਾਉਣ ਵਾਲੇ ਨਾਲ ਵਿਆਹ ਕੌਣ ਕਰਾਏਗਾ। ਸੋ ਇੱਕ ਇਸ ਚੀਜ਼ ਤੋਂ ਵੀ ਉੱਠ ਕੇ ਮੈਂ ਜ਼ਰੂਰ ਸ਼ੁਰੂ ਕੀਤਾ, ਅਤੇ ਕਾਫੀ ਸਪੋਰਟ ਮੈਨੂੰ ਮਿਲ ਰਹੀ ਆ। ਹੁਣ ਦੇਖੋ ਕੰਮ ਤਾਂ ਮੇਰਾ ਚੱਲ ਰਿਹਾ, ਹੁਣ ਇਹ ਕਿੰਨਾ ਕੁ ਅੱਗੇ ਰੰਗ ਲੈਂਦਾ ਇਹ ਦੇਖਣਾ ਪਏਗਾ। ਚਲੋ, ਅਸੀਂ ਚਾਹੁੰਦੇ ਹਾਂ ਕਿ ਇਹ ਕੰਮ ਤੁਹਾਡਾ ਬਹੁਤ ਉੱਪਰ ਤੱਕ ਜਾਵੇ, ਕਿਉਂਕਿ ਅੱਜ ਸੋਚ ਲੋਕਾਂ ਦੀ ਅਜਿਹੀ ਬਣ ਚੁੱਕੀ ਹੈ। ਬਿਲਕੁਲ। ਅਖਰ ਨੂੰ ਮੈਂ ਹੁਣ ਇਹੀ ਗਗਨਦੀਪ ਜੀ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਤੁਸੀਂ ਇੱਕ ਸੋਸ਼ਲ, ਇੱਕ ਜੋ ਸਾਡੇ ਦਰਸ਼ਕ ਨੇ, ਇਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਸਿਰਫ ਸਮਾਜ ਨੂੰ ਇਹੀ ਮੈਸੇਜ ਦੇਣਾ ਚਾਹੂੰਗਾ ਕਿ ਜੋ ਤੁਹਾਡਾ ਮਨ ਭਾਵਾ ਸ਼ੌਂਕ ਹੈ, ਜੋ ਤੁਹਾਡਾ ਤੁਸੀਂ ਤੁਹਾਡੇ 'ਚ ਹੁਨਰ ਹੈ, ਹੱਥੀ ਹੁਨਰ, ਜੋ ਮੇਰੇ ਬਾਪ ਮੇਰੇ ਸ਼ੁਰੂ ਤੋਂ ਮੈਨੂੰ ਕਹਿੰਦੇ ਕੋਈ ਹੱਥੀ ਕੰਮ ਸਿੱਖ ਲੈ ਔਰ ਉਹਦੇ ਰਿਗਾਰਡਿੰਗ ਕੋਈ ਕੰਮ ਕਰ, ਉਹਦਾ ਮੁੱਲ ਪੈਂਦੇ ਪੈਂਦਾ, ਕਿਉਂਕਿ ਅੱਜ ਕੱਲ੍ਹ ਦੇਖੋ ਅੰਗਰੇਜ਼ਾਂ ਦੇ ਚਲਾਏ ਕੋਰਸ ਇਹ ਕਿਤੇ ਨਾ ਕਿਤੇ ਧੋਖਾ ਦੇ ਜਾਂਦੇ, ਪਰ ਹੱਥੀ ਹੁਨਰ ਕਦੀ ਧੋਖਾ ਨਹੀਂ ਦਿੰਦੇ। ਸੋ ਇਹ ਚੀਜ਼ ਮੈਂ ਬੜੀ ਚਿਰ ਬਾਅਦ ਸਮਝੀ ਹੈ, ਸੋ ਇਸ ਚੀਜ਼ ਨੂੰ ਮੈਂ ਹੱਥ ਪਾਇਆ ਅਤੇ ਮੈਂ ਕਾਮਯਾਬ ਹੋ ਰਿਹਾ ਹੌਲੀ ਹੌਲੀ। ਸੋ ਮੇਰੇ ਦਿਲ ਨੂੰ ਤਸੱਲੀ ਹੈ, ਨਾਲੇ ਆਪਣਾ ਕੰਮ ਕਰਨਾ ਜ਼ਰੂਰੀ, ਅੱਜ ਕੱਲ੍ਹ ਆਬਾਦੀ ਇੰਨੀ ਵੱਧ ਗਈ ਹੈ ਕਿ ਆਪਣਾ ਕੀਤਾ ਕੰਮ ਹੀ ਚੰਗਾ ਆ। ਜਿੰਨਾ ਹੁਣ ਦੇਖੋ ਜੀ ਆਪਣੇ ਪੰਜਾਬ 'ਚ ਜਿਹੜੇ ਮੋਸਟਲੀ ਜਿਹੜੇ ਯੰਗ ਹੈ ਉਹ ਬਾਹਰ ਜਾ ਰਿਹਾ, ਬਾਹਰ ਇਸ ਲਈ ਜਾ ਰਿਹਾ ਕਿਉਂਕਿ ਨੌਕਰੀ ਹੈ ਨਹੀਂ, ਔਰ ਆਪਣਾ ਕੀਤਾ ਕੰਮ ਉਹਨਾਂ ਨੂੰ ਆਉਂਦਾ ਨਹੀਂ, ਕਿਉਂਕਿ ਹੱਥੀਂ ਕੰਮ ਕਿਸੇ ਨੇ ਸਿੱਖਿਆ ਨਹੀਂ ਔਰ ਉਹੀ ਡਿਗਰੀਆਂ 'ਚੋਂ ਲਿੱਤੀਆਂ ਉਹ ਕੰਮ ਨਹੀਂ ਆਉਂਦੀਆਂ। ਸੋ ਮੇਰਾ ਤਾਂ ਇਹੀ ਐਕਸਪੀਰੀਅੰਸ ਹੈ ਜੀ। ਸੋ
ਗਗਨਦੀਪ ਜੀ ਨਾਲ ਅਸੀਂ ਆਪੇ ਉਹਨਾਂ ਦੇ ਵਿਚਾਰ ਉਹਨਾਂ ਨੇ ਸਾਡੇ ਨਾਲ ਸਾਂਝੇ ਕੀਤੇ ਤੇ ਸੋ ਤੁਸੀਂ ਇਸ ਵੀਡੀਓ ਨੂੰ YouTube ਚੈਨਲ ਗਗਨਦੀਪ ਹਿੰਦੁਸਤਾਨੀ ਤੇ ਜਾ ਕੇ ਤੁਸੀਂ ਉਸ ਪੇਜ ਨੇ ਵੀਡੀਓ ਨੂੰ ਦੇਖ ਸਕਦੇ ਹੋ ਤੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਤੇ ਸਬਸਕ੍ਰਾਈਬ ਕਰੋ। ਧੰਨਵਾਦ ਜੀ।